ਜਿਹੜੇ ਮੁਸਾਫਰ ਬੱਸਾਂ 'ਚ ਸਫ਼ਰ ਕਰਦੇ ਨੇ, ਵੈਗਨਾਂ 'ਚ ਸਫ਼ਰ ਕਰਦੇ ਨੇ, ਏਸੀ ਵਾਲੀਆਂ ਗੱਡੀਆਂ 'ਚ ਸਫ਼ਰ ਕਰਦੇ ਨੇ, ਜਿਹੜੇ ਮੁਸਾਫਰ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਨੇ, ਕੰਨ ਖੋਲ੍ਹ ਕੇ ਮੇਰੀ ਗੱਲ ਸੁਣ ਲਵੋ। ਗੱਡੀ ਦੇ ਵਿੱਚ ਤੁਹਾਨੂੰ ਕੋਈ ਵੀ ਔਰਤ ਕਵੇ ਕਿ ਭਾਅ ਜੀ ਮੈਂ ਪੇਕਿਆਂ ਦੇ ਚੱਲੀ ਹਾਂ, ਮੇਰੇ ਕੋਲ ਮੋਬਾਈਲ ਨਹੀਂ ਹੈਗਾ, ਮੈਨੂੰ ਆਪਦੇ ਨੰਬਰ ਤੋਂ ਕਾਲ ਕਰਾ ਦਿਓ, ਮੇਰਾ ਭਰਾ ਕੇ ਮੈਨੂੰ ਲੈ ਜਾਏਗਾ, ਮੇਰਾ ਪਿਓ ਮੈਨੂੰ ਆ ਕੇ ਲੈ ਜਾਏਗਾ, ਉਸ ਔਰਤ ਕੋਲ ਦੋ ਤਿੰਨ ਬੱਚੇ ਵੀ ਹੋਣਗੇ, ਤੁਹਾਨੂੰ ਇਤਬਾਰ ਦਵਾਉਣ ਵਾਸਤੇ ਵੀ ਮੈਂ ਘਰੇਲੂ ਔਰਤ ਹਾਂ, ਮੈਂ ਚੰਗੀ ਔਰਤ ਹਾਂ। ਉਹ ਔਰਤ ਵਿੱਚੋਂ ਫਰਾਡਡ ਹੋਏਗੀ, ਆਪਦੇ ਨੰਬਰ ਤੋਂ ਕਾਲ ਨਾ ਕਰਾਇਆ ਜੇ। ਜੇ ਤੁਸੀਂ ਆਪਦੇ ਨੰਬਰ ਤੋਂ ਕਾਲ ਕਰਾ ਦਿੱਤੀ, ਉਹ ਸਟਾਪ ਆਏਗਾ, ਬੱਸ ਤੋਂ ਥੱਲੇ ਲੈ ਜਾਏਗੀ, ਇੱਕ ਘੰਟੇ ਬਾਅਦ ਰਿਵਰਸ ਤੁਹਾਨੂੰ ਕਾਲ ਆ ਜਾਏਗੀ। ਭਾਈ ਜਾਨ, ਸਾਡੀ ਬੱਚੀ ਨੇ ਤੁਹਾਡੇ ਨੰਬਰ ਤੋਂ ਕਾਲ ਕੀਤੀ, ਅਜੇ ਤੱਕ ਉਹ ਘਰੇ ਨਹੀਂ ਆਈ, ਸਾਡੀ ਬੱਚੀ ਕਿੱਥੇ ਹੈ? ਤੁਹਾਨੂੰ ਬਲੈਕਮੇਲ ਕਰ ਲੈਣਗੇ, ਉਹ ਕਹਿਣਗੇ ਸਾਡੀ ਬੱਚੀ ਕਿੱਥੇ ਅਗਵਾ ਕੀਤੀ, ਸਾਨੂੰ ਸਾਡੀ ਬੱਚੀ ਦਿਓ। ਤੁਹਾਨੂੰ ਨਸੀਹਤ ਮਿਲ ਜਾਏਗੀ ਨੇਕੀ ਕਰਨ ਦੀ, ਕਾਲ ਕਰਾਉਣ ਦੀ, ਤੁਹਾਡਾ ਬੜਾ ਕੁਝ ਵਿਕ ਜਾਏਗਾ। ਜਦੋਂ ਤੁਹਾਨੂੰ ਬਲੈਕਮੇਲ ਕਰ ਲਿਆ, ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏਗੀ। ਕਿਸੇ ਵੀ ਔਰਤ ਨੂੰ ਗੱਡੀ ਦੇ ਵਿੱਚ ਕਾਲ ਨਹੀਂ ਕਰਾਉਣੀ, ਕਿਸੇ ਵੀ ਔਰਤ 'ਤੇ ਗੱਡੀ 'ਚ ਨਹੀਂ ਵਿਸਣਾ। ਦੁਨੀਆ 'ਤੇ ਫਰਾਡ ਬੜੇ ਚੱਲ ਰਹੇ ਨੇ, ਔਰਤਾਂ ਫਰਾਡ ਬੜੇ ਕਰ ਰਹੀਆਂ, ਅਗਲੇ ਪੱਲਿਓਂ ਲਾਈ ਜਾ ਰਹੇ ਅਤੇ ਪੱਲੇ ਕਮਾਈ ਜਾ ਰਹੇ ਨੇ। ਭਾਈ ਜਾਨ, ਕਿਸੇ ਵੀ ਔਰਤ ਨੂੰ ਗੱਡੀ 'ਚ ਕਾਲ ਨਾ ਕਰਾਇਆ ਜੇ। ਇਸ ਵੀਡੀਓ ਨੂੰ ਸ਼ੇਅਰ ਕਰ ਦਿਓ।